subscribe to our YouTube channel. Press the bell icon to get the latest up. ਸੁਜਾਨਪੁਰ 'ਚ ਜਿਸ ਵੇਲੇ ਮੈਂ ਐੱਮ ਐੱਲ ਏ ਸਾ ਉਸ ਵੇਲੇ ਦੇਖੋ ਕਿੰਨੇ ਕੰਮ ਹੋਏ ਆ। ਕਦੀ ਕਾਲਜ ਨਹੀਂ ਬਣਿਆ, ਇੱਥੇ ਆਈ ਟੀ ਆਈ ਬਣਿਆ, ਠੀਕ ਹੈ ਜੀ, ਲੀਚੀ ਜ਼ੋਨ ਬਣਿਆ, ਸਟੇਡੀਅਮ ਬਣਿਆ, ਸਾਰੇ ਕੰਮ ਹੋਏ ਉਸ ਵੇਲੇ। ਨਵੀਆਂ ਸੜਕਾਂ ਬਣੀਆਂ, ਅੱਜ ਤਾਂ ਰਿਪੇਅਰ ਵੀ ਸੜਕਾਂ ਹੋ ਕਰਦੀਆਂ। ਇਸ ਕਰਕੇ ਆਪਣਾ ਕੋਈ ਨੁਮਾਇੰਦਾ ਬਣੇ ਨਾ ਜੀ ਲੋਕਲ, ਜਿੱਦਾਂ ਪਾਰਟੀ ਹਾਈਕਮਾਂਡ ਦਾ ਮਨ 'ਚ ਇਹ ਵੀ ਲੋਕਲ ਕੈਂਡੀਡੇਟ ਜਾਣਾ, ਅਤੇ ਉਹਦੇ ਕੰਮ ਹੋਣੇ ਹੋਣੇ ਔਰ ਲੋਕਾਂ ਦੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਜਿੱਦਾਂ ਮਰਜ਼ੀ ਕਰਕੇ। ਪੰਜਾਬ 'ਚ ਕਿਸਾਨ ਧਰਨੇ ਬੈਠੇ, ਜਿਵੇਂ ਨੁਕਸਾਨ ਹੋ ਗਿਆ। ਦੇਖੋ ਆਪਾਂ ਕਿਸਾਨ, ਮੈਂ ਵੀ ਕਿਸਾਨ ਹਾਂ, ਪਾਰਟੀ ਹਾਈਕਮਾਂਡ ਨੇ ਪੰਜ ਫਸਲਾਂ 'ਤੇ ਐੱਮ ਐੱਸ ਪੀ ਕਿਹਾ ਵੀ ਦੇਣੀ, ਔਰ ਉਹ ਪੰਜ ਫਸਲਾਂ 'ਤੇ ਐੱਮ ਐੱਸ ਪੀ ਦੇਣ ਦੇ ਵੀ ਤਿਆਰ ਹੈ। ਬਾਕੀ ਹੋਰ ਜਿਹੜੀਆਂ ਫਸਲਾਂ ਕਹਿੰਦੇ ਨੇ, ਅਸੀਂ ਪਾਰਟੀ ਦਿੱਲੀ ਹਾਈਕਮਾਂਡ ਨਾਲ ਗੱਲ ਕਰਨੇ, ਕਿਸਾਨਾਂ ਦੇ ਅਸੀਂ ਨਾਲ ਹੈ, ਹਮੇਸ਼ਾ ਨਾਲ ਹੈ। ਲੇਕਿਨ ਕੁਛ ਲੋਕ ਪੰਜਾਬ ਦਾ ਮਾਹੌਲ ਖਰਾਬ ਕਰੇ ਕਿਤੇ, ਔਰ ਖਾਸ ਕਰ ਦੇਖੋ ਪੰਜਾਬ ਦਾ ਇੰਨਾ ਬੁਰਾ ਹਾਲ ਆ, ਅੱਜ ਕੋਈ ਸਾਰੀ ਇੰਡਸਟਰੀ ਚੱਲ ਗਈ, ਇੱਥੇ ਕੋਈ ਕੰਮ ਨਹੀਂ ਹੋਇਆ ਕਰਦਾ। ਆਪਾਂ ਚਾਹੁੰਦੇ ਹਾਂ ਕਿ ਪੰਜਾਬ 'ਚ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ। ਡਰੱਗਸ ਦਾ ਦੇਖੋ ਕਿੰਨਾ ਵੱਡਾ ਇਸ਼ੂ ਹੈ, ਆਪਣੇ ਜਿਹੜਾ ਇਹ ਹੈ ਰੇਤ ਬਜੇ ਦਾ ਇਸ਼ੂ ਹੈ, ਕੋਈ ਮਸਲਾ ਹੱਲ ਨਹੀਂ ਹੋਇਆ।
ਅੱਜ ਆਪਣਾ ਐਮ ਪੀ ਇੱਥੋਂ ਬਣਦਾ ਕੋਈ ਮੁਸ਼ਕਿਲ ਨਹੀਂ, ਸਾਰੇ ਸੈਂਟਰ ਸਰਕਾਰ ਸਾਡੀ ਬਣਨੀ ਮੋਦੀ ਜੀ ਨੇ। ਕਿਹੜੇ ਮੁੱਦੇ ਲੈ ਕੇ ਚੱਲੋਗੇ? ਦੇਖੋ ਸਭ ਤੋਂ ਪਹਿਲੇ ਇਹ ਹੈ ਕਿ ਕੋਈ ਨਾ ਕੋਈ ਹੈਲਥ ਬਾਰੇ ਪੀ ਜੀ ਆਈ ਬਣੀ ਸੈਂਟਰ 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 ਰੱਖਣਾ ਚਾਹੀਦਾ, ਐਜੂਕੇਸ਼ਨ ਬਾਰੇ ਹੈ, ਹੈਲਥ ਬਾਰੇ ਹੈ,